ਤੇ ਨਾਰਤਾਂ ਦਾ ਬਹੁਤ ਸਤਿਕਾਰ ਤੁਸੀਂ ਇਸ ਕਿਤਾਬ ਚ ਲਿਖਿਆ ਹਨ ਪਹਿਲੇ ਤੁਹਾਡੇ ਮਾਤਾ ਜੀ ਪਿਤਾ ਜੀ ਦੀ ਵੀ ਬਹੁਤ ਜ਼ਿਆਦਾ ਤੁਸੀਂ ਪ੍ਰਸ਼ੰਸਾ ਕਰ ਰਹੇ ਹੋ ਕਿ ਬੜੇ ਸੰਤ ਕਿਸਮ ਦੇ ਉਹ ਉਹਨਾਂ ਦਾ ਸੁਭਾਅ ਸੀਗਾ ਪਰ ਮੈਨੂੰ ਲੱਗਦਾ ਕਿ ਔਰਤਾਂ ਦਾ ਪ੍ਰਭਾਵ ਤੁਹਾਡੇ ਤੇ ਜ਼ਿਆਦਾ ਰਿਹਾ ਤੁਹਾਡੇ ਮਾਤਾ ਜੀ ਉਸ ਤੋਂ ਬਾਅਦ ਤੁਹਾਡੇ ਧਰਮ ਪਤਨੀ ਤੁਸੀਂ ਉਹਨਾਂ ਬਾਰੇ ਬਹੁਤ ਚੰਗਾ ਇਸ ਕਿਤਾਬ ਦੇ ਵਿੱਚ ਲਿਖਿਆ ਤੇ ਉਸ ਤੋਂ ਬਾਅਦ ਤੁਹਾਡੀ ਧੀ ਹੈ ਨਾ ਤਾਂ ਤੁਹਾਨੂੰ ਲੱਗਦਾ ਵੀ ਨਰਿੰਦਰ ਸਿੰਘਪੁਰ ਔਰਤਾਂ ਦਾ ਪ੍ਰਭਾਵ ਜ਼ਿਆਦਾ ਕਬੂਲਦੇ ਨੇ ਅਸਲੀਅਤ ਇਹ ਹੈ ਕਿ ਮੈਂ ਨਾ ਜ਼ਿੰਦਗੀ ਦੇ ਵਿੱਚ ਕਾਲਜ ਦੇ ਵਿੱਚ ਤੇ ਯੂਨੀਵਰਸਿਟੀ ਵਿੱਚ ਪੜਾਇਆ ਹਾਂ ਹਾਂਜੀ ਤੇ ਮੇਰੀਆਂ ਵਿਦਿਆਰਥਣਾਂ ਜਾਦੇ ਸੀ ਵਿਦਿਆਰਥੀ ਘੱਟ ਸੀ ਹੂੰ ਜਿੱਥੇ-ਜਿੱਥੇ ਵੀ ਮੈਂ ਪੜਾਇਆ ਮਤਲਬ ਕੋਈ ਸਬਜੈਕਟਸ ਵੀ ਉਸ ਕਿਸਮ ਦੇ ਸੀ ਜਿਨ੍ਹਾਂ ਵਿੱਚ ਵਿਦਿਆਰਥਣਾਂ ਜ਼ਿਆਦੇ ਸੀ ਮੈਂ ਔਰਤਾਂ ਦੇ ਨਾਲ ਜਿਹੜਾ ਨਾ ਮੈਨੂੰ ਵਰਤਨਾ ਸੌਖਾ ਲੱਗਦਾ ਮਤਲਬ ਕਿ ਉਹਨਾਂ ਦੇ ਨਾਲ ਮੈਨੂੰ ਆਈ ਫੀਲ ਕੰਫਰਟੇਬਲ ਵਿਦ them ਮਤਲਬ ਇਹਸਟਾਂਗ ਦੇ ਨਾਲ ਤੇ ਉਹ ਸੁਹਿਰਦ ਵੀ ਹੁੰਦੀਆਂ ਮੈਂ ਨਹੀਂ ਮੰਨਦਾ ਕਿ ਔਰਤ ਕਰੀ ਧੋਖਾ ਦੇਗੀ ਜਾਂ ਬੇਵਫਾਈ ਕਰੇਗੀ ਉਹਦੀਆਂ ਮਜਬੂਰੀਆਂ ਹੁੰਦੀਆਂ ਹਨ ਉਹਨਾਂ ਮਜਬੂਰੀਆਂ ਕਰਕੇ ਬਹੁਤ ਕੁਝ ਵਾਪਰਦਾ ਹੈ ਪਰੰਤੂ ਉਹਦੇ ਵਿੱਚ ਉਹਦਾ ਆਪਣਾ ਕਸੂਰ ਨਹੀਂ ਹੁੰਦਾ ਹੈ ਉਹਦੇ ਵਿੱਚ ਆਪਣੀ ਉਹਦੀ ਧੋਖਾ ਦੇਣ ਦੀ ਭਾਵਨਾ ਨਹੀਂ ਹੁੰਦੀ ਹੈ ਉਹ ਹੁੰਦੀ ਸੁਰਹਿਤ ਹੈ ਔਰਤ ਦੀ ਸਾਡੇ ਸਮਾਜ ਦੇ ਵਿੱਚ ਸਥਿਤੀ ਓਵਰਆਲ ਇਸ ਕਿਸਮ ਦੀ ਹੈਗੀ ਹੈ ਕਿ ਉਸ ਨੂੰ ਉਤਸ਼ਾਹ ਦੇਣ ਦੀ ਲੋੜ ਹੈਗੀ ਹੈ ਉਹ ਉਤਸ਼ਾਹ ਜਿਹੜਾ ਸੀਗਾ ਉਹ ਸਾਨੂੰ ਮਿਲਦਾ ਰਿਹਾ ਤੇ ਅਸੀਂ ਦਿੰਦੇ ਰਹੇ ਅਸਲ ਵਿੱਚ ਜੇਕਰ ਤੁਸੀਂ ਕੁਝ ਮੁੱਲਵਾਨ ਕਰਨਾ ਹੈ ਨਾ ਕੁਝ ਨਿੱਗਰ ਕੰਮ ਕਰਨਾ ਹੈਗਾ ਤਾਂ ਔਰਤ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੋਏਗਾ। ਹਾਂਜੀ ਔਰਤ ਦਾ ਸਹਿਯੋਗ ਜਿਹੜਾ ਹੈ ਨਾ ਉਹ ਔਰਤ ਜਦੋਂ ਵੀ ਕਿਸੇ ਪੁਰਸ਼ ਦੇ ਸੰਪਰਕ ਵਿੱਚ ਆਉਂਦੀ ਹੈ ਨਾ ਉਹ ਉਸ ਦਾ ਧਿਆਨ ਰੱਖਣ ਲੱਗ ਪੈਂਦੀ ਹੈ। ਤੇ ਪੁਰਸ਼ ਜਦੋਂ ਕਿਸੇ ਔਰਤ ਦੇ ਸੰਪਰਕ ਵਿੱਚ ਆਉਂਦਾ ਤਾਂ ਉਹ ਉਸ ਨੂੰ ਪ੍ਰੋਟੈਕਟ ਕਰਨ ਲੱਗ ਪੈਂਦਾ ਹੈ ਉਸ ਦੀ ਰੱਖਿਆ ਕਰਨ ਲੱਗ ਪੈਂਦਾ ਹੈਗਾ। ਹਾਂਜੀ ਸੋ ਇਸ ਤਰ੍ਹਾਂ ਮੇਰੇ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਔਰਤਾਂ ਆਈਆਂ ਹੋਰ ਆਈਆਂ ਪ੍ਰੇਮਕਾਵਾਂ ਦੇ ਰੂਪ ਵਿੱਚ ਆਈਆਂ ਸਹੇਲੀਆਂ ਦੇ ਰੂਪ ਵਿੱਚ ਆਈਆਂ ਜਾਨੂਆਂ ਦੇ ਰੂਪ ਵਿੱਚ ਆਈਆਂ ਵਿਦਿਆਰਥੀਆਂ ਦੇ ਵਿਦਿਆਰਥਣਾਂ ਦੇ ਰੂਪ ਵਿੱਚ ਆਈਆਂ ਉਹਨਾਂ ਸਾਰਿਆਂ ਦੇ ਨਾਲ ਮੇਰੇ ਬਹੁਤ ਅچھے ਸਬੰਧ ਸਨ ਬਹੁਤ ਅੱਛੀ ਤਸੱਲੀ ਵਾਲਾ ਅਨੁਭਵ ਸੀ ਉਹਨਾਂ ਦੇ ਨਾਲ ਸੋ ਇਸ ਕਰਕੇ ਮੇਰੇ ਮਨ ਦੇ ਵਿੱਚ ਉਹਨਾਂ ਪ੍ਰਤੀ ਸਤਿਕਾਰ ਹੈ ਸੋ ਇਸ ਸਤਿਕਾਰ ਦੇ ਪਿੱਛੇ ਔਰਤ ਦੀ ਤਰੱਕੀ ਦੇ ਬਿਨਾਂ ਕੋਈ ਸਮਾਜ ਤਰੱਕੀ ਨਹੀਂ ਕਰ ਸਕਦਾ ਮੈਂ ਮਹਿਸੂਸ ਕਰਦਾ ਦੇ ਕੋਈ ਵੀ ਪਰਿਵਾਰ ਵੀ ਜਿਹੜਾ ਹੈਗਾ ਜੇ ਉਸ ਦੇ ਵਿੱਚ ਔਰਤ ਦਾ ਸਤਿਕਾਰ ਨਹੀਂ ਹੈ ਤਾਂ ਉਹ ਪਰਿਵਾਰ ਵੀ ਤਰੱਕੀ ਨਹੀਂ ਕਰ ਸਕਦਾ ਕਿਉਂਕਿ ਔਰਤ ਦੀ ਕੁੱਲ ਬਿਰਤੀ ਹੈ ਨਾ ਜਿਹੜੀ ਉਹ ਜ਼ਿੰਦਗੀ ਨੂੰ ਸੁਖਾਵਾ ਤੇ ਸੁਘੀ ਬਣਾਉਣਾ ਹੂੰ ਉਸ ਸਮੱਸਿਆਵਾਂ ਨਹੀਂ ਪੈਦਾ ਕਰਦੀ ਸਮੱਸਿਆਵਾਂ ਜਿਹੜੀਆਂ ਹਨ ਉਹ ਜਾਇਦਾਦ ਦੇ ਸਬੰਧੀ ਹੁੰਦੀਆਂ ਹਨ ਜਾ ਹੋਰ ਹੋਰ ਮਾਮਲਿਆਂ ਬਾਰੇ ਹੁੰਦੀਆਂ ਉਹ ਪੁਰਸ਼ ਪੈਦਾ ਕਰਦੇ ਹਨ ਔਰਤਾਂ ਸਮੱਸਿਆਵਾਂ ਨਹੀਂ ਪੈਦਾ ਕਰਦੀਆਂ ਉਹ ਸਮੱਸਿਆਵਾਂ ਨੂੰ ਹੱਲ ਕਰਦੀਆਂ ਜਿਸ ਧੀਰਜ ਦੇ ਨਾਲ ਜਿਸ ਧਿਆਨ ਦੇ ਨਾਲ ਉਹ ਗੱਲ ਸੁਣਦੀਆਂ ਜਿਸ ਧਿਆਨ ਦੇ ਨਾਲ ਉਹ ਉਸ ਗੱਲ ਦਾ ਨਿਪਟਾਰਾ ਕਰਦੀਆਂ ਜਾਂ ਉਹ ਦਾ ਹੱਲ ਦੱਸਦੀਆਂ ਤੁਸੀਂ ਕਦੇ ਵੀ ਵੇਖ ਲੈਣਾ ਤੁਸੀਂ ਕੋਈ ਸਮੱਸਿਆ ਆਪਣੀ ਵਾਈਫ ਨਾਲ ਡਿਸਕਸ ਕਰੋ ਉਹ ਤਾਂ ਬਿਲਕੁਲ ਠੀਕ ਹੱਲ ਦੱਸ ਦੇਗੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਮੰਨਣਾ ਨਾ ਮੰਨਣਾ ਨਾ ਤੁਹਾਡੀ ਮਰਜ਼ੀ ਮਤਲਬ ਉਹ ਦੱਸ ਦੇਗੀ ਕਿ ਤੁਹਾਡਾ ਵਿਹਾਰ ਠੀਕ ਨਹੀਂ ਸੀ ਹਾਂ ਹਾਂ ਮਤਲਬ ਅਗੋ ਮੰਨਣਾ ਨਾ ਮੰਨਣਾ ਜਿਹੜੇ ਆਦਮੀ ਦੇ ਵਿੱਚ ਈਗੋ ਜ਼ਿਆਦਾ ਹੁੰਦੀ ਹੈ ਤੇ ਔਰਤ ਜਿਹੜੀ ਆ ਉਹਦੇ ਵਿੱਚ ਸਮਝੌਤੇ ਦੀ ਬਿਰਤੀ ਜ਼ਿਆਦਾ ਹੁੰਦੀ ਹੈ ਉਹ ਸਮੱਸਿਆ ਪੈਦਾ ਨਹੀਂ ਕਰਦੀ ਉਹ ਸਮੱਸਿਆ ਹੱਲ ਕਰਦੀ ਹੈ ਸੋ ਇਸ ਭਾਵ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਹੋ ਸਕਦਾ ਵਿਸ਼ੇਸ਼ ਤੌਰ ਤੇ ਜੋ ਵੀ ਆਈਆਂ ਔਰਤਾਂ ਉਹ ਬੜੀਆਂ ਮਿਹਰਬਾਨ ਸਨ ਦੇ ਬਹੁਤ ਚੰਗੇ ਵਿਹਾਰ ਵਾਲੀਆਂ ਸਨ ਉਹਨਾਂ ਤੋਂ ਮੈਨੂੰ ਕੁਝ ਨਾ ਕੁਝ ਮਿਲਦਾ ਹੀ ਰਿਹਾ ਸੋ ਇਸ ਕਰਕੇ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਸਤਿਕਾਰ ਹੈ ਸਤਿਕਾਰ ਤਾਂ ਮੇਰਾ ਪਰਿਸ਼ਾ ਪ੍ਰਤੀ ਵੀ ਹੈਗਾ ਇਹੋ ਜੀ ਕੋਈ ਗੱਲ ਨਹੀਂ ਹੈ ਸਤਿਕਾਰ ਜ਼ਿੰਦਗੀ ਪ੍ਰਤੀ ਵੀ ਹੈਗਾ ਸਰਕਾਰ ਧਰਮ ਪ੍ਰਤੀ ਵੀ ਹੈਗਾ ਸਾਰਿਆਂ ਪ੍ਰਤੀ ਜਿਹੜਾ ਹੈ ਸਤਿਕਾਰ ਹੈ ਕਿਉਂਕਿ ਸਤਿਕਾਰ ਦੀ ਭਾਵਨਾ ਦੇ ਨਾਲ ਜਿਹੜਾ ਨਾ ਤੁਹਾਡੇ ਵਾਸਤੇ ਰਸਤਾ ਬਣਦਾ ਜਾਂਦਾ ਮੈਂ ਕਦੇ ਕਿਸੇ ਨਾਲ ਵਿਰੋਧ ਨਹੀਂ ਕੀਤਾ ਵਿਰੋਧ ਵਾਲੀ ਸਥਿਤੀ ਪੈਦਾ ਵੀ ਨਹੀਂ ਕੀਤੀ ਹੈ ਉਹ ਇਹ ਕਾਰਨ ਸਨ ਜਿਨ੍ਹਾਂ ਕਰਕੇ ਔਰਤਾਂ ਦੇ ਇਹ ਤੁਹਾਡੇ ਪਰਸਪੈਕਸ਼ਨ ਹੈ ਵੈਸੇ ਤਾਂ ਮੇਰਾ ਵਿਹਾਰ ਜਿਹੜਾ ਸੀ ਉਹ ਸਾਧਾਰਨ ਸੀ ਮਤਲਬ ਉਸ ਆਧਾਰਨ ਵਿਹਾਰ ਜਿਹੜਾ ਸੀਗਾ ਉਹ ਉਹਨਾਂ ਕਾਰਨ ਕਰਕੇ ਸ਼ਾਇਦ ਹੋ ਸਕਦਾ ਉਹ ਸਪੈਸ਼ਲ ਪ੍ਰਤੀਤ ਹੁੰਦਾ ਹੋਵੇ ਹਾਂਜੀ ਪਰੰਤੂ ਮੇਰੇ ਵੱਲੋਂ ਸਾਧਾਰਨ ਵਿਵਹਾਰ ਸੀ